ਹੈਗਾ। ਸਮੇਂ ਦੀ ਸਰਕਾਰ ਨੇ ਐਲਾਨ ਕਰ ਦਿੱਤਾ ਇਹਨਾਂ ਦਾ ਕੋਈ ਵੀ ਸਰੀਰ ਸੰਸਕਾਰੇ ਨਾ ਹੀ ਇਹਨਾਂ ਨੂੰ ਦਫਨਾਇਆ ਜਾਵੇ। ਸਾਹਿਬਜ਼ਾਦਿਆਂ ਦੇ ਸਰੀਰ ਪੈ ਰਿਹਾ ਉੱਥੇ ਹੀ, ਜਿੱਥੇ ਅੱਜ ਗੁਰਦੁਆਰਾ ਸਾਹਿਬ ਫਤਿਹਗੜ੍ਹ ਸਾਹਿਬ ਬਣਿਆ ਉੱਥੇ ਸਰੀਰ ਪਏ ਹੋਏ। ਮਾਤਾ ਜੀ ਦਾ ਸਰੀਰ ਠੰਡੇ ਬੁਰਜ ਵਿੱਚ ਉਸੇ ਤਰ੍ਹਾਂ ਪਿਆ ਹੋਇਆ। ਸਮੇਂ ਦੀ ਸਰਕਾਰ ਵਜ਼ੀਰ ਖਾਨ ਵੱਲੋਂ ਐਲਾਨ ਹੋਇਆ ਕੋਈ ਵੀ ਸਿੱਖ ਇਹਨਾਂ ਦਾ ਸੰਸਕਾਰ ਅੰਤਮ ਕਿਰਿਆ ਨਾ ਕਰੇ, ਜਿਹੜਾ ਕਰੇਗਾ ਉਹਨੂੰ ਭਾਰੀ ਸਜ਼ਾ ਦਿੱਤੀ ਜਾਵੇ। ਡਰ ਕੇ ਸਾਰੇ ਆਪੋ ਆਪਣੇ ਥਾਵਾਂ 'ਤੇ ਬੈਠ ਗਏ। ਉਸ ਵੇਲੇ ਫਿਰ ਇਹਨਾਂ ਦੇ ਤਿੰਨਾਂ ਦੇ ਸਰੀਰ ਚੁੱਕੇ ਬਾਹਰ ਜੰਗਲ ਵਿੱਚ ਸੁੱਟ ਦਿੱਤੇ ਗਏ। ਗੁਰਦੁਆਰਾ ਸਾਹਿਬ ਬਣਿਆ ਨਾ, ਅੱਜ ਆਪ ਸੰਗਤਾਂ ਜਾਂਦੇ ਉਹ ਦਰਸ਼ਨ ਕਰਨ ਵਾਸਤੇ, ਜਿੱਥੇ ਸ਼ੇਰ ਨੇ ਇਹਨਾਂ ਸਰੀਰਾਂ ਦਾ ਸੋ ਉਸ ਵੇਲੇ ਨਿਗਰਾਨੀ ਕੀਤੀ ਹੈ। ਜਦੋਂ ਇਹਨਾਂ ਦੇ ਸਰੀਰ ਜੰਗਲ ਵਿੱਚ ਸੁੱਟ ਦਿੱਤੇ ਨਾ, ਉਦੋਂ ਉਹਨਾਂ ਸਮਿਆਂ 'ਚ ਕੋਈ ਨਿੱਕੀ ਮੋਟੀ ਉੱਥੇ ਨਦੀ ਵਗਦੀ ਹੈ, ਸਮਾਂ ਪੈਣ 'ਤੇ ਚੀਜ਼ਾਂ ਲੋਪ ਹੋ ਜਾਂਦੀਆਂ, ਦਰਿਆ ਆਪਣਾ ਰਾਹ ਬਦਲ ਜਾਂਦੇ, ਸੋ ਬੜਾ ਕੁਝ ਬਦਲ ਜਾਂਦਾ ਹੈ ਸਮਾਂ ਆਉਣ 'ਤੇ। ਜਿਵੇਂ ਆਪਾਂ ਅੱਜ ਵੀ ਵੇਖਦੇ ਹਾਂ ਕਿ ਹਰੀਕੇ ਪੱਤਣ 'ਤੇ ਦੋ ਦਰਿਆ ਇਕੱਠੇ ਹੁੰਦੇ, ਸਤਲੁਜ ਅਤੇ ਬਿਆਸ, ਪਰ ਅੱਜ ਤੋਂ ਕੁਝ 100 ਸਾਲ ਪਿੱਛੇ ਚਲੇ ਜਾਓ, ਇਹਨਾਂ ਦੋਵਾਂ ਦਰਿਆਵਾਂ ਦਾ ਕਿਤੇ ਸੰਗਮ ਨਹੀਂ, ਗ੍ਰੰਥਾਂ ਵਿੱਚ ਕਿਤੇ ਨਹੀਂ ਲਿਖਿਆ। ਕਹਿੰਦੇ ਵੱਖੋ ਵੱਖਰੇ ਹੀ ਚੱਲੇ, ਵੱਖੋ ਵੱਖਰੇ ਜਾ ਕੇ ਆਪੋ ਆਪਣੇ ਥਾਵਾਂ 'ਤੇ ਸਮੁੰਦਰਾਂ ਵਿੱਚ ਕਿਤੇ ਜਾ ਕੇ ਸਮਾ ਗਿਆ। ਪਰ ਅੱਜ ਉਹਨਾਂ ਦਰਿਆਵਾਂ ਨੇ ਰਾਹ ਬਦਲਿਆ, ਦੋਨੇ ਇਕੱਠੇ ਹੋ ਗਿਆ ਹਰੀਕੇ 'ਤੇ ਜਾ ਕੇ ਪੱਤਣ ਬਣ ਗਿਆ ਉਹਨਾਂ ਦਾ। ਇਸ ਤਰ੍ਹਾਂ ਇਹ ਜਿਹੜੇ ਦਰਿਆ ਨੇ ਚੱਲਦੇ ਨੇ, ਕਦੇ ਦੂਰ ਹੋ ਗਏ ਕਦੇ ਇਕੱਠੇ ਹੋ ਗਏ, ਇਹ ਪ੍ਰਕਿਰਤੀ ਆਪਣਾ ਨਿਯਮ ਇੱਧਰ ਦੀ ਉੱਧਰ ਬਦਲਦੀ ਰਹਿੰਦੀ ਹੈ। ਉਹਨਾਂ ਸਮਿਆਂ ਵਿੱਚ ਕੋਈ ਇੱਥੇ ਨਹਿਰ ਕੋਈ ਛੋਟੀ ਮੋਟੀ ਚੱਲਦੀ ਹੋਵੇਗੀ। ਫਿਰ ਇਹਨਾਂ ਤਿੰਨਾਂ ਦੇ ਸਰੀਰ ਜੰਗਲ ਵਿੱਚ ਸੁੱਟ ਦਿੱਤੇ ਗਏ। ਉਹਦਾ ਕਾਰਨ ਇਹ ਹੈ ਵੀ ਜੰਗਲ ਦੇ ਜਾਨਵਰ ਆ ਕੇ ਸਰੀਰ ਖਾ ਜਾਣਗੇ, ਸਰੀਰਾਂ ਦੀ ਨਿਰਾਦਰੀ ਹੋਵੇ, ਨਿਰਾਦਰੀ ਕਰਨੀ ਚਾਹੁੰਦੇ। ਪਰ ਕਹਿਣ ਲੱਗੇ ਵੀ ਜਿਨ੍ਹਾਂ ਨੇ ਧਰਮ ਦੀ ਖਾਤਰ ਸੇਵਾ ਕੀਤੀ ਹੈ ਨਾ, ਧਰਮ ਫਿਰ ਉਹਨਾਂ ਦੀ ਸੇਵਾ ਕਰਦਾ ਹੈ, ਕਾਇਨਾਤ ਉਹਨਾਂ ਦੀ ਸੇਵਾ ਵਿੱਚ ਲੱਗ ਜਾਂਦੀ ਉਸ ਵੇਲੇ। ਫਿਰ ਇਤਿਹਾਸ ਵਿੱਚ ਬਚਨ ਆਉਂਦਾ ਵੀ ਜੰਗਲ ਦੇ ਵਿੱਚੋਂ ਇੱਕ ਸ਼ੇਰ ਆਇਆ, ਇਹਨਾਂ ਤਿੰਨਾਂ ਦੇ ਸਰੀਰਾਂ ਦੇ ਕੋਲ ਸਾਰੀ ਰਾਤ ਆ ਕੇ ਬੈਠਾ ਰਿਹਾ। ਹੁਣ ਸ਼ੇਰ ਇੱਕ ਇਹੋ ਜਿਹਾ ਜਾਨਵਰ ਹੈ ਜਿਹਦੇ ਕੋਲ ਬਾਕੀ ਕੋਈ ਵੀ ਜੰਗਲ ਦਾ ਜਾਨਵਰ ਮਾਸ ਖਾਣ ਵਾਲਾ ਨਹੀਂ ਆ ਸਕਦਾ ਹੈ। ਡਰ ਕਰਕੇ ਭੈ ਕਰਕੇ ਬਾਕੀ ਜੰਗਲੀ ਜਾਨਵਰ ਦੂਰ ਰਹੇ। ਸਾਰੀ ਰਾਤ ਇਹਨਾਂ ਤਿੰਨਾਂ ਸਰੀਰਾਂ ਕੋਲ ਬੈਠ ਕੇ ਉਸ ਸ਼ੇਰ ਨੇ ਸੇਵਾ ਕੀਤੀ ਹੈ। ਦਿਨ ਚੜ੍ਹਿਆ ਹੈ, ਟੋਡਰਮੱਲ ਜੀ ਨੇ ਉਸ ਵੇਲੇ ਸੰਗਤ ਨੂੰ ਇਕੱਠਿਆਂ ਕਰਕੇ ਆਖਿਆ, ਸੰਗਤ ਜੀ ਵੇਖੋ ਗੁਰੂ ਪਾਤਸ਼ਾਹ ਨੇ ਧਰਮ ਵਾਸਤੇ, ਕੌਮ ਵਾਸਤੇ, ਸਾਡੇ ਵਾਸਤੇ ਕਿੱਡੀ ਵੱਡੀ ਕੁਰਬਾਨੀ ਕੀਤੀ, ਆਪਣਾ ਘਰ ਬਾਰ ਛੱਡ ਦਿੱਤਾ। ਸਾਹਿਬਜ਼ਾਦਿਆਂ ਦੀ ਉਮਰ ਆਪਾਂ ਵੇਖੀਏ 7-9 ਸਾਲ ਦੀ ਹੈ, ਧਰਮ ਨਹੀਂ ਉਹਨਾਂ ਨੇ ਹਾਰਿਆ, ਕੁਰਬਾਨੀਆਂ ਕਰ ਦਿੱਤੀਆਂ, ਸ਼ਹਾਦਤ ਪ੍ਰਾਪਤ ਕਰ ਗਏ। ਪਰ ਜੇ ਹੁਣ ਆਪਣੇ ਸਾਰਿਆਂ ਦੇ ਹੁੰਦਿਆਂ ਇਹਨਾਂ ਨੂੰ ਸੰਸਕਾਰ ਵਾਸਤੇ ਜਗ੍ਹਾ ਨਾ ਮਿਲੇ ਤਾਂ ਬੜੀ ਮਾੜੀ ਗੱਲ ਹੈ, ਆਪਣੇ ਮੱਥੇ 'ਤੇ ਕਲੰਕ ਲੱਗ ਜਾਵੇਗਾ। ਰਹਿੰਦੀ ਦੁਨੀਆ ਤੱਕ ਇਹ ਬਚਨ ਰਹੇਗਾ ਵੀ ਸਰਹੰਦ ਦੇ ਨਿਵਾਸੀਆਂ ਤੋਂ ਜਗ੍ਹਾ ਨਹੀਂ ਖਰੀਦੀ ਗਈ ਸਾਹਿਬਜ਼ਾਦਿਆਂ ਦੇ ਵਾਸਤੇ। ਉਸ ਵੇਲੇ ਟੋਡਰਮੱਲ ਦੀਆਂ ਨੇ ਕੁਝ ਵਿੱਚ ਪਤਵੰਤੇ ਵਿਅਕਤੀਆਂ ਨੂੰ ਪਾ ਕੇ ਵਜ਼ੀਰ ਖਾਨ ਨਾਲ ਫਿਰ ਉਸ ਵੇਲੇ ਰਾਬਤਾ ਕਾਇਮ ਕੀਤਾ, ਗੱਲਬਾਤ ਕੀਤੀ ਹੈ ਵੀ ਜੇ ਸਾਹਿਬਜ਼ਾਦਿਆਂ ਦਾ ਸੰਸਕਾਰ ਕਰਨ ਵਾਸਤੇ ਜਗ੍ਹਾ ਲੈਣੀ ਹੋਵੇ ਤਾਂ ਸਰਕਾਰ ਉਹਦਾ ਕੀ ਮੁੱਲ ਲਵੇਗੀ। ਵਜ਼ੀਰ ਖਾਨ ਨੇ ਗੱਲ ਸੁਣ ਕੇ ਉਸ ਵੇਲੇ ਆਖਿਆ ਕਿ ਤੁਹਾਨੂੰ ਸੋਨੇ ਦੀਆਂ ਮੋਹਰਾਂ ਜਿਹੜੀਆਂ ਨੇ ਜਿੰਨੀਆਂ ਧਰਤੀ ਦੇ ਉੱਪਰ ਵਿਛਾ ਦੇਵੋਗੇ ਉਨੀ ਜਗ੍ਹਾ ਤੁਸੀਂ ਖਰੀਦ ਸਕਦੇ ਹੋ। ਉਸ ਵੇਲੇ ਸਰਹੰਦ ਦੀ ਜਾਂ ਇਸ ਇਲਾਕੇ ਦੀ ਸੰਗਤ ਨੇ ਮਨਜ਼ੂਰੀ ਹਾਂ ਕੀਤੀ ਹੈ ਵੀ ਠੀਕ ਹੈ। ਟੋਡਰਮੱਲ ਜੀ ਬੜੇ ਧਨਾੜ ਵਿਅਕਤੀ ਨੇ, ਉਹਨਾਂ ਨੇ ਵੀ ਆਪਣੇ ਕੋਲ ਜਿੰਨੀ ਮਾਇਆ ਨਾ ਸਾਰੀ ਮਾਇਆ ਖਰਚ ਕੇ, ਸੰਗਤ ਵੱਲੋਂ ਵੀ ਮਾਇਆ ਇਕੱਠੀ ਕਰਕੇ ਉਸ ਵੇਲੇ ਇੰਨੀਆਂ ਮੋਹਰਾਂ ਇਕੱਠੀਆਂ ਕਰ ਲਈਆਂ ਵੀ ਜਗ੍ਹਾ ਜਿਹੜੀ ਹੈ ਸਾਹਿਬਜ਼ਾਦਿਆਂ ਦੇ ਸਰੀਰ ਵਾਸਤੇ ਖਰੀਦੀ ਜਾਵੇ। ਜਿਸ ਵੇਲੇ ਜਗ੍ਹਾ ਖਰੀਦਣ ਵਾਸਤੇ ਪਹੁੰਚ ਗਏ, ਸੋਨੇ ਦੀਆਂ ਮੋਹਰਾਂ ਧਰਤੀ ਦੇ ਉੱਪਰ ਵਿਛਾਉਣੀਆਂ ਸ਼ੁਰੂ ਕਰ ਦਿੱਤੀਆਂ, ਉਸ ਵੇਲੇ ਵਜ਼ੀਰ ਖਾਨ ਦੀ ਨੀਅਤ ਬਦਲ ਗਈ ਵੇਖ ਕੇ।
ਕਹਿਣ ਲੱਗਾ ਨਹੀਂ ਮੈਂ ਵਿਛਾਉਣ ਵਾਸਤੇ ਨਹੀਂ, ਮੈਂ ਸੋਨੇ ਦੀਆਂ ਮੋਹਰਾਂ ਖੜੀਆਂ ਕਰਨ ਦੀ ਗੱਲ ਕੀਤੀ ਹੈ ਵੀ ਜਿਵੇਂ ਰੁਪਈਆ ਆਪਾਂ ਖੜਾ ਕਰੀਏ ਨਾ ਸਿੱਕਾ, ਇਸ ਤਰ੍ਹਾਂ ਖੜੀਆਂ ਮੋਹਰਾਂ ਕਰਕੇ ਤੁਸੀਂ ਜਗ੍ਹਾ ਖਰੀਦ ਲਓ। ਅਸਲ ਕਾਰਨ ਗੁਰਮੁਖੋ ਇਹ ਹੈ, ਉਹਨਾਂ ਮਹਾਂਪੁਰਖਾਂ ਨੂੰ ਵੀ ਸਸਤੀ ਜ਼ਮੀਨ ਪਾਉਂਦੀ ਨਹੀਂ ਹੈ, ਸਾਹਿਬਜ਼ਾਦਿਆਂ ਨੂੰ ਵੀ ਸਸਤੀ ਜ਼ਮੀਨ ਨਹੀਂ ਚੰਗੀ ਲੱਗਦੀ ਹੈ। ਉਹ ਵੀ ਚਾਹੁੰਦੇ ਨੇ ਵੀ ਸਾਡੇ ਵਾਸਤੇ ਗੁਰੂ ਦੀ ਸੰਗਤ ਮਹਿੰਗੀ ਜ਼ਮੀਨ ਖਰੀਦ ਕੇ ਸਾਡੇ ਪਵਿੱਤਰ ਸਰੀਰਾਂ ਦਾ ਉੱਥੇ ਅੰਤਿਮ ਸੰਸਕਾਰ ਕੀਤਾ ਜਾਵੇ। ਜਦੋਂ ਵਜ਼ੀਰ ਖਾਂ ਨੇ ਆਖਿਆ ਵੀ ਇਹ ਮੋਹਰਾਂ ਵਿਛਾ ਕੇ ਨਹੀਂ ਖੜੀਆਂ ਕਰਕੇ ਜਗ੍ਹਾ ਲਓਗੇ ਤੇ ਦੇਵਾਂਗੇ, ਸੰਗਤ ਨੇ ਔਰ ਟੋਡਰ ਮੱਲ ਜੀਆਂ ਨੇ ਵੀ ਬਚਨ ਮੰਨ ਲਿਆ, ਕਹਿਣ ਲੱਗੇ ਸਾਨੂੰ ਇਹ ਵੀ ਮਨਜ਼ੂਰ ਹੈ। ਉਸ ਵੇਲੇ ਗੁਰਮੁਖੋ ਮੋਹਰਾਂ ਖੜੀਆਂ ਕਰਕੇ ਫਿਰ ਜਿੰਨੀ ਜਗ੍ਹਾ ਖਰੀਦੀ ਗਈ ਨਾ, ਅੱਜ ਤੁਸੀਂ ਜਾਂਦੇ ਹੋ ਨਾ ਜੋਤੀ ਸਰੂਪ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਵਾਸਤੇ, ਜਿੱਥੇ ਮਹਾਰਾਜ ਸਾਹਿਬ ਜੀਆਂ ਦੀ ਪਾਲਕੀ ਸਾਹਿਬ ਰਾਜ ਹੈ, ਬਿਰਾਜਮਾਨ ਹੈ, ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ, ਆਪ ਸੰਗਤਾਂ ਉਹ ਥੜਾ ਦੇਖਦੇ ਹੋ, ਇਹ ਥੜਾ ਉਹ ਜਗ੍ਹਾ ਹੈ ਜਿਹੜੀ ਟੋਡਰ ਮੱਲ ਜੀ ਦੇ ਵੱਲੋਂ ਮੋਹਰਾਂ ਖੜੀਆਂ ਕਰਕੇ ਉਹ ਜਗ੍ਹਾ ਖਰੀਦੀ ਗਈ ਹੈ। ਅੱਜ ਦੇ ਵਿਦਵਾਨ ਇਹ ਗੱਲ ਕਹਿੰਦੇ ਨੇ ਵੀ ਜੇ ਅੱਜ ਦੇ ਸਮੇਂ ਨਾਲ ਉਹਨਾਂ ਮੋਹਰਾਂ ਦੀ ਗਿਣਤੀ ਕਰੀਏ ਤੇ ਉਸ ਵੇਲੇ ਇਹ 2.5 ਅਰਬ ਰੁਪਈਏ ਦੀ ਜਗ੍ਹਾ 19 ਕੁ ਬਣਦੀ ਹੈ। ਜੇ ਅੱਜ ਉਹ ਸੋਨੇ ਦੀ ਆਪਾਂ ਤੁਲਨਾ ਅੱਜ ਦੇ ਰੁਪਈਏ ਨਾਲ ਕਰ ਲਈਏ ਨਾ, ਤੇ 250 ਕਰੋੜ ਦੇ ਲਗਭਗ 2.5 ਅਰਬ ਆਪਾਂ ਕਹਿ ਲਈਏ, ਮੰਜੇ ਨਾਲੋਂ ਘੱਟ ਜਗ੍ਹਾ ਹੈ। ਇੰਨੀ ਜਗ੍ਹਾ ਦੀ ਉਸ ਵੇਲੇ ਕੀਮਤ ਲਈ ਹੈ ਸਮੇਂ ਦੀ ਸਰਕਾਰ ਵੱਲੋਂ, ਪਰ ਇਹ ਤੇ ਅੱਜ ਦੇ ਵਿਦਵਾਨਾਂ ਦੀ ਗਿਣਤੀ ਹੈ। ਜੇ ਆਪਾਂ ਇਸ ਗਿਣਤੀ ਵੱਲ ਨਾ ਵੀ ਪਈਏ ਤਾਂ ਵੀ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਉਸ ਵੇਲੇ ਜਗ੍ਹਾ ਖਰੀਦੀ ਗਈ ਹੈ, ਜਗ੍ਹਾ ਦਿੱਤੀ ਹੈ ਸਮੇਂ ਦੀ ਸਰਕਾਰ ਨੇ, ਚੰਦਨ ਦੀ ਚਿਖਾ ਤਿਆਰ ਕਰਕੇ। ਉਸ ਵੇਲੇ ਮਾਤਾ ਗੁਜਰੀ ਜੀਆਂ ਦਾ ਸਰੀਰ ਉਹਦੇ ਉੱਪਰ ਬਿਰਾਜਮਾਨ ਕੀਤਾ ਗਿਆ, ਇੱਕ ਪਾਸੇ ਬਾਬਾ ਜ਼ੋਰਾਵਰ ਸਿੰਘ ਜੀ, ਇੱਕ ਪਾਸੇ ਬਾਬਾ ਫਤਿਹ ਸਿੰਘ ਜੀ, ਇਹਨਾਂ ਦੋਵਾਂ ਮਹਾਂਪੁਰਖਾਂ ਦਾ ਸਰੀਰ ਬਿਰਾਜਮਾਨ ਕਰਕੇ ਚੰਦਨ ਦੀ ਚਿਖਾ ਤਿਆਰ ਕਰਕੇ ਫਿਰ ਉਸ ਜਗ੍ਹਾ ਦੇ ਉੱਪਰ ਇਹਨਾਂ ਦਾ ਅੰਤਿਮ ਸੰਸਕਾਰ ਹੋਇਆ ਹੈ। ਉਸ ਗੁਰਦੁਆਰੇ ਦਾ ਨਾਮ ਇਤਿਹਾਸ ਦੇ ਵਿੱਚ ਜੋਤੀ ਸਰੂਪ ਉਸ ਗੁਰਦੁਆਰਾ ਸਾਹਿਬ ਨੂੰ ਕਹਿੰਦੇ ਨੇ ਜਿੱਥੇ ਇਹ ਇਹਨਾਂ ਸਾਹਿਬਜ਼ਾਦਿਆਂ ਦੇ ਸੰਸਕਾਰ ਕੀਤੇ ਗਏ। ਅਤੇ ਫਿਰ ਇਸੇ ਤਰ੍ਹਾਂ ਇਹਨਾਂ ਦੇ ਫੁੱਲ ਚੋਕੇ ਅਤੇ ਉਹ ਜਿਹੜੇ ਸਨ ਉਸ ਵੇਲੇ ਗਾਗਰਾਂ ਦੇ ਵਿੱਚ ਪਾ ਕੇ ਉਸੇ ਜਗ੍ਹਾ ਦੇ ਉੱਪਰ ਹੀ ਉਹ ਜਿਹੜੇ ਫੁੱਲ ਸਨ ਉਹਨਾਂ ਨੂੰ ਧਰਤੀ ਦੇ ਵਿੱਚ ਹੀ ਰੱਖ ਕੇ ਅਤੇ ਉੱਪਰ ਥੜਾ ਬਣਾ ਦਿੱਤਾ ਗਿਆ। ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਲਕੀ ਦਾ ਹੀ ਕੇਵਲ ਉਹਦੇ ਉੱਪਰ ਪ੍ਰਕਾਸ਼ ਹੁੰਦਾ ਹੈ। ਗੁਰੂ ਕਾ ਜਿਹੜਾ ਗ੍ਰੰਥੀ ਸਿੰਘ ਹੈ ਉਹਦੇ ਵਾਸਤੇ ਵੱਖਰਾ ਇੱਕ ਬੈਂਚ ਬਣਾ ਕੇ, ਜਿਸ ਵੇਲੇ ਹੁਕਮਨਾਮਾ ਲੈਂਦੇ ਜਾਂ ਬੈਠਦੇ ਉਹ ਵੱਖਰਾ ਇੱਕ ਬੈਂਚ ਬਣਾ ਕੇ ਨਾਲ ਥੜੇ ਦੇ ਲਾਇਆ ਹੈ। ਕੇਵਲ ਉਹ ਥੜਾ ਉਨੀ ਜਗ੍ਹਾ ਹੈ ਜਿਸ ਜਗ੍ਹਾ ਨੂੰ ਟੋਡਰ ਮੱਲ ਜੀ ਵੱਲੋਂ ਖਰੀਦਿਆ ਗਿਆ, ਔਰ ਇਹਨਾਂ ਤਿੰਨਾਂ ਮਹਾਂਪੁਰਖਾਂ ਦੇ ਜਿਹੜੇ ਸਨ ਉਹ ਅੰਤਿਮ ਸੰਸਕਾਰ ਕੀਤੇ ਗਏ। ਉਹ ਸੰਗਤ ਦੇ ਪੈਸੇ ਦੇ ਨਾਲ ਭਾਈ ਟੋਡਰ ਮੱਲ ਜੀ ਨੇ ਆਪਣੀ ਸਾਰੀ ਕਮਾਈ ਲਾ ਕੇ, ਇਹ ਗੁਰਮੁਖੋ ਵੱਡੀ ਭਾਰੀ ਸੇਵਾ ਉਸ ਵੇਲੇ ਇਹਨਾਂ ਦੇ ਵੱਲੋਂ ਹੋਈ ਹੈ। ਅੱਜ ਵੀ ਟੋਡਰ ਮੱਲ ਜੀਆਂ ਦਾ ਘਰ ਹਵੇਲੀ ਜਿਹੜੀ ਹੈ ਫਤਿਹਗੜ੍ਹ ਸਾਹਿਬ ਦੇ ਵਿੱਚ ਹੈ, ਕੁਝ ਸੰਗਤਾਂ ਦਰਸ਼ਨ ਕਰਦੀਆਂ ਪਈਆਂ। ਕਾਰ ਸੇਵਾ ਵਾਲਿਆਂ ਦੇ ਵੱਲੋਂ ਉਸ ਹਵੇਲੀ ਨੂੰ ਮੁਰੰਮਤ ਦੇ ਤੌਰ 'ਤੇ ਫਿਰ ਦੁਬਾਰਾ ਜਿਹੜਾ ਹੈ ਉਹ ਖੜ੍ਹਾ ਕੀਤਾ ਜਾ ਰਿਹਾ ਹੈ ਨਿਸ਼ਾਨੀ ਦੇ ਤੌਰ 'ਤੇ। ਰੋ ਵਿਚਾਰ ਇਸ ਤਰ੍ਹਾਂ ਹੈ ਵੀ ਇਸ ਤਰ੍ਹਾਂ ਇਹਨਾਂ ਦੇ ਸਰੀਰ ਜਿਹੜੇ ਸਨ ਉਹਨਾਂ ਦਾ ਸਾਂਭ ਸੰਭਾਲ ਸੰਗਤ ਵੱਲੋਂ ਔਰ ਟੋਡਰ ਮੱਲ ਜੀ ਵੱਲੋਂ ਹੋਈ ਹੈ। ਜਿੱਥੇ ਸ਼ੇਰ ਨੇ ਸਾਰੀ ਰਾਤ ਬੈਠ ਕੇ ਪਹਿਰਾ ਦਿੱਤਾ ਹੈ ਉੱਥੇ ਵੀ ਗੁਰਦੁਆਰਾ ਸਾਹਿਬ ਬਣਿਆ ਹੋਇਆ। ਇਤਿਹਾਸ ਆਪ ਸੰਗਤਾਂ ਵਾਸਤੇ ਉੱਥੇ ਲਿਖਿਆ ਹੈ ਵੀ ਇੱਥੋਂ ਨਦੀ ਲੰਘਦੀ ਹੈ ਅਤੇ ਸਰੀਰ ਸੁੱਟ ਦਿੱਤੇ ਗਏ ਸਨ ਜੰਗਲ ਦੇ ਵਿੱਚ। ਸ਼ੇਰ ਨੇ ਸੇਵਾ ਕਰਕੇ ਆਪਣਾ ਤਨ ਸਫਲਾ ਕੀਤਾ ਹੈ। ਜਿੱਥੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ ਹੈ, ਗੁਰਦੁਆਰਾ ਸਾਹਿਬ ਫਤਿਹਗੜ੍ਹ ਸਾਹਿਬ ਬਣਿਆ ਹੈ, ਜਿੱਥੇ ਮਾਤਾ ਗੁਜਰੀ ਜੀਆਂ ਨੇ ਸਰੀਰ ਛੱਡਿਆ ਹੈ ਉੱਥੇ ਠੰਡਾ ਬੁਰਜ ਜਿਹੜਾ ਹੈ ਉਹ ਬਣਿਆ ਹੋਇਆ, ਬੁਰਜ ਸਾਹਿਬ ਦੇ ਵਿੱਚ ਮਾਤਾ ਜੀ ਨੇ ਸਰੀਰ ਛੱਡਿਆ ਹੈ। ਅਤੇ ਜਿੱਥੇ ਇਹਨਾਂ ਦੇ ਅੰਤਿਮ ਸੰਸਕਾਰ ਹੋਏ
ਉਹ ਗੁਰਦੁਆਰਾ ਸਾਹਿਬ ਜੋਤੀ ਸਰੂਪ ਬਣਿਆ ਹੋਇਆ। ਬਾਬਾ ਬੰਦਾ